ਪ੍ਰਾ ਕਥਨ ਮਨੋਖਾ ਜਨਮ ਨਾਮ ਜਪ ਕੇ ਸਫਲ ਕਰਤੇ ਹਰੀ ਦੀ ਸ਼ਰਨ ਲੈ ਕੇ ਨਾਮ ਜਪ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹਰੀਆ ਏ ਮਨੁਖ ਇਹ ਜੋ ਮਨੁਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਨੂੰ ਮਿਲਣ ਦੀ ਇਹ ਤੈਨੂੰ ਵਾਰੀ ਮਿਲੀ ਹੈ ਅਵਰ ਕਾਜ ਤੇਰਾ ਕਿਤੇ ਨਾ ਕਾਮ ਹੋਰ ਕੰਮ ਜਿੰਨਾ ਵਿੱਚ ਤੂੰ ਮਗਨ ਹੈ ਤੇਰੇ ਕਿਸੇ ਕੰਮ ਨਹੀਂ ਆਉਣੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੰਮ ਆਉਣ ਵਾਲਾ ਕਾਜ ਇਹ ਹੈ ਕਿ ਸਾਧ ਦੀ ਸੰਗਤ ਵਿੱਚ ਜਾ ਕੇ ਮਿਲ ਤੇ ਉਥੋਂ ਕੇਵਲ ਨਾਮ ਲੈ ਕੇ ਉਸ ਦਾ ਸਿਮਰਨ ਕਰ ਰੰਗ ਜਾਮ ਲਾਗ ਭਵਜਲ ਤਰਨ ਕੈ ਇਸ ਤਰਾਂ ਭਵਜਲ ਰੂਪੀ ਸੰਸਾਰ ਤੋਂ ਤਰਨ ਦੇ ਬੰਧੋ ਵਾਸਤ ਵਿੱਚ ਲੱਗ ਪਾਓ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਨਹੀਂ ਤਾਂ ਤੇਰਾ ਜਨਮ ਮਾਇਆ ਦੇ ਪਿਆਰ ਵਿੱਚ ਬਿਰਥਾ ਜਾ ਰਿਹਾ ਹੈ ਸੁਣਨ ਵਾਲਾ ਆਖਦਾ ਹੈ ਨਾ ਸਾਧੂ ਦੀ ਸੇਵਾ ਨਾ ਨਾਮ ਦਾ ਪਤਾ ਪਿਆ ਨਾ ਪੈਂਦਾ ਹੈ ਮੈਂ ਕੀ ਕਰਾਂ ਤਾਂ ਸੁਮਤ ਦਿੰਦੇ ਹਨ ਕਿ ਹਰ ਰਾਇ ਭਾਵ ਪ੍ਰਭੂ ਅੱਗੇ ਅਰਦਾਸ ਕਰ ਇਉਂ ਅਰਦਾਸ ਕਰ ਏ ਹਰੀ ਰਾਏ ਅਕਾਲ ਪੁਰਖ Jap ਤਬ ਸੰਜਮ ਧਰਮ ਨਾ ਕਮਾਇਆ ਮੈਂ Jap ਤਬ ਸੰਜਮ ਧਰਮ ਕਿਸੇ ਸਾਧਨ ਦੀ ਕਮਾਈ ਨਹੀਂ ਕੀਤੀ ਸੇਵਾ ਸਾਧਨਾ ਜਾਣਿਆ ਹਰ ਰਾਇਆ ਨਾਹੀ ਮੈਂ ਸਾਧੂ ਦੀ ਸੇਵਾ ਦਾ ਵੱਲ ਸਿੱਖਿਆ ਹੈ ਕਹੋ ਨਾਨਕ ਹਮ ਨੀਚ ਕਰਮਾ ਅਸੀਂ ਨੀਚ ਕਰਮਾ ਵਾਲੇ ਹਾਂ ਸ਼ਰਨ ਪਰੇ ਕੀ ਰੱਖੋ ਸਰਮਾ ਸ਼ਰਨ ਆਪੇ ਦੀ ਸਾਡੀ ਲਾਜ ਰੱਖੋ ਭਾਵ ਇਸ ਪ੍ਰਕਾਰ ਦੀ ਨਿਰਮਾਣ ਮਨ ਨਾਲ ਅਰਦਾਸ ਕਰੋ ਸਾ ਸਾਈ ਸ਼ਰਨ ਪਾਲ ਸਾਰੇ ਢੋ ਟੁਕਾ ਦੇਵੇਗਾ ਇਸ ਪ੍ਰਕਾਰ ਉਪਦੇਸ਼ ਕਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਰਹਿਰਾਸ ਦੇ ਇਨ੍ਹਾਂ ਸ਼ਬਦਾਂ ਨਾਲ ਚੌਪਈ ਯਾਦ ਉਹਨਾਂ ਦੀ ਬਾਣੀ ਤੇ ਆਨੰਦ ਆਦ ਬਾਣੀਆਂ ਰੜਾਈਆਂ ਗਈਆਂ ਤਦ ਤੋਂ ਸਿੱਖ ਉਹਨਾਂ ਬਾਣੀਆਂ ਸਮੇਤ ਸੰਝਾਂ ਨੂੰ ਰਹਿਰਾਸ ਦਾ ਨਿਤਨੇਮ ਕਰਦੇ ਹਨ ਦੀਵਾਨਾ ਵਿੱਚ ਵੀ ਇਹੋ ਰਹੁ ਰੀਤ ਹੈ ਵਿਆਖਿਆ ਸੁਗਮ ਹੈ ਨਿਰੁਕਤ ਦੇਹਰੀਆ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦੇਹਲ ਹਿੰਦੀ ਵਿੱਚ ਦੇਹਰੀ ਦੋ ਅਰਥ ਹਨ ਨੰਬਰ 1 ਦਲੀਜ ਡਿਉੜੀ ਨੰਬਰ 2 ਦੇਹ ਸਰੀਰ ਦੋਵੇਂ ਅਰਥ ਵੀ ਛਲੇਖ ਕਰਕੇ ਵਰਤ ਲੈਂਦੇ ਹਨ ਕਿ ਇਹ ਮਨੁੱਖਾ ਦੇਹੀ ਜੋ ਤੈਨੂੰ ਪ੍ਰਾਪਤ ਹੋਈ ਹੈ ਰੱਬ ਦੇ ਮਿਲਣ ਦੀ ਡਿਉੜੀ ਵਤ ਹੈ ਬਰੀਆ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵਾਰ ਭਾਵ ਸਮਾ ਵਾਰੀ ਵੇਲਾ Jap ਦਾ ਭਾਵ ਹੈ ਸੰਸਕ੍ਰਿਤੀ ਵਿੱਚ Jap ਪੰਜਾਬੀ ਵਿੱਚ ਜਪਣਾ ਇਸ ਤੋਂ Jap Jap ਤੇ ਪੰਜਾਬੀ ਵਿੱਚ ਜੰਪਣਾ ਤੇ ਇਸ ਤੋਂ ਜੰਪੈ ਰੂਪੀ ਵੀ ਹਨ ਜੋ ਪੜਿਆ ਜਾਵੇ ਸੋ Jap ਪਾਠ ਤਪ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਤਾਪ ਭਾਵ ਸਰੀਰਕ ਜਾਂ ਮਾਨਸਿਕ ਦੁੱਖ ਸਹਿਣ ਦੀ ਕਿਰਿਆ ਅੱਗਾ ਵਿੱਚ ਬੈਠਣਾ ਉਠੇ ਲਟਕਣਾ ਪਾਣੀ ਵਿੱਚ ਬੈਠਣਾ ਆਦ ਆਪਾ ਨਿਵਾਰਣ ਦਾ ਕੋਈ ਸਾਧਨ ਰਿਆਜ਼ਤ ਸੰਜਮ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਸੰਯਮ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਰੱਖਣਾ ਇੰਦ੍ਰੈ ਦਮਨ ਨੰਬਰ 2 ਯੋਗ ਮਾਰਗ ਵਿੱਚ ਧਾਰਨਾ ਧਿਆਨ ਸਮਾਧੀ ਦੀ ਏਕਤਾ ਦਾ ਨਾਮ ਵੀ ਸੰਜਮ ਹੈ ਨੰਬਰ 3 ਜੈਨ ਮਾਰਗ ਵਿੱਚ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣ ਨੂੰ ਸੰਜਮ ਕਹਿੰਦੇ ਹਨ ਸਾਰ ਸੰਜਮ ਦਾ ਆਮ ਅਰਥ ਹੈ ਚੰਗੀ ਤਰ੍ਹਾਂ ਰੋਕਣਾ ਮਾੜੇ ਕਰਮਾਂ ਤੋਂ ਆਪ ਨੂੰ ਰੋਕਣਾ ਕਿਸੇ ਮਰਿਆਦਾ ਵਿੱਚ ਟੁਰਨਾ ਨੰਬਰ 4 ਠੇਠ ਪੰਜਾਬੀ ਵਿੱਚ ਯੁਗਤ ਜਾਂ ਕਫਾਇਤ ਸ਼ਵਾਰੀ ਨੂੰ ਸੰਜਮ ਕਹਿੰਦੇ ਹਨ ਨੰਬਰ 5 ਦੂਸਰੇ ਨੂੰ ਪੀੜ ਦੇਣ ਤੋਂ ਰੁਕੇ ਰਹਿਣ ਨੂੰ ਵੀ ਸੰਜਮ ਕਹਿੰਦੇ ਹਨ ਨਾ ਪਦ ਦੇਹਰੀ ਦੀਪਕ ਹੈ ਨਾ ਸੇਵਾ ਸਾਧ ਦੀ ਕੀਤੀ ਨਾ ਹਰੀ ਨੂੰ ਜਾਣਿਆ ਭਾਵ ਉਸ ਦਾ ਗਿਆਨ ਪ੍ਰਾਪਤ ਨਾ ਕੀਤਾ ਹਰ ਰਾਯਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਹਰ ਹਰ ਰੂਪੀ ਰਾਜਾ ਵਾਹਿਗੁਰੂ ਹਰ ਰਾਯਾ ਦਾ ਹੇ ਹਰੀ ਰਾਏ ਹੇ ਪਰਮੇਸ਼ਰ ਸੰਬੋਧਨ ਕਰਕੇ ਅਰਥ ਲਾਇਆ ਹੈ ਦੂਜੀ ਤਰ੍ਹਾਂ ਹਰ ਰਾਏ ਨੂੰ ਕਰਮਕਾਰਕ ਕਰਕੇ ਵੀ ਲਾਈਦਾ ਹੈ ਜਿਸ ਤਰ੍ਹਾਂ ਨਹੀਂ ਜਾਣਿਆ ਹੈ ਹਰੀ ਰਾਏ ਨੂੰ ਸ਼ਰਮਾ ਦਾ ਭਾਵ ਹੈ ਫਾਰਸੀ ਵਿੱਚ ਸ਼ਰਮ ਲੱਜਾ ਭਾਵ ਲਾਜ